रहा है कि शहबाज शरीफ ने क्या कि वजीरा ने भी तनखा नहीं लेनी, उन्होंने बिल अपने पल्लों देने ने और उन्होंने गड्डिया भी बड़िया वापस कर देनी है। अच्छा जो इस वे पाकिस्तान में हालात है, तुम्हें लगता कि इस काम में ठीक हो जाएगा पाकिस्तान? सर ठीक तुम खुद चाहते हो, अच्छा ताकि इन्नी उम्र है, अब तक कभी कोई चीज जी महंगाई के तौर पर बदली कभी ठीक नहीं हो सकती। वापसी का चार्ज कोई नहीं, मतलब घ्यो सी शरण 200 रुपया सी, हूँ 600 रुपया, जरा भी आंदा है सियासतदान यही कहना है कि घट कर देंगे, महंगाई काबू काबू च आ जाएगी। लेकिन सर कोई सियासतदान नहीं जरा कहता है कि घट हो जाए, ठीक है मक्की तौर पर दिलासे जरूर देंगे ने, लेकिन कर नहीं सके। अच्छा नहीं जो स्टेप है कि वजीर वजीर तनखा नहीं लैणगे, बिजली के बिल अपने पल्लों देणगे, तुहानू लगदा कि वजीर कर लैणगे अंज जो पाकिस्तान का कल्चर है अपने पल्लों बुला लैणगे या पेट्रोल उछाल लैणगे? नहीं सर ना मुक्के ऐवें दिखावा है, बिल्कुल 100% दिखावा, 100% दिखावा, 100% ही दिखावा, क्योंकि अजकल जिन्हें भी वजीर है साढ़े तो तुम बैकवर्ड चले जाए या अगे आने वाले जरा वक्त तुम देख लेना, जो वजीर कह रहे तनखा देवे पल तनखा नहीं लेंगे, लेकिन तुम चंद माह बाद देना उ वजीर जे ने सू तुम जानते भी नहीं हो वोट लैन तो बाद, वोट लैन तो बाद। और यानी कि थोड़ा नहीं दिल मानता है कि वजीर अपने को बिजली के बिल दे लेंगे जो वजीर अपनी उन्होंने असी देने उन्होंने थोड़ी देने महंगाई तो साढ़े वास्ते जी, उन्होंने थोड़ी है जी, हुकूमत के बेच ने उन्होंने सारे हुकूमत लाउस दे रही है, कल गरीब आदमी मारिया तो गरीब आदमी गया, यानी कि तुम्हें लगता है सिर्फ पब्लिक को दिखा नहीं सर, सिर्फ पब्लिक को दिखावा, बाकी पब्लिक तो कुछ कह सकते हैं कि भाई अं तनखावा नहीं लावे यार, साढ़े बारे तार ना एक सैकलों के उत्ते तुरन या साढ़े पहले तुरन, असं मनीए कि बाकी भाई तुम आके साथ काम कर सकते, लेकिन सूरत हाल नहीं, नहीं सर सूरत हाल कभी भी नहीं हो सकती है, कि दिल में तसली देने लिए वजीर मशीर ने ना बगैर तनखावां तों काम करनगे, अपने बिल अपनी जेब चों देणगे, तुहानूं लगदा कि इंज वजीर मशीर कर लैणगे? सब झूठ है, ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ 'ਚ ਕੋਈ ਹੌਸਲਾ ਕਿ ਆਪਣਾ ਹੁਣ ਪਾਕਿਸਤਾਨ ਦੀ ਹਾਲਤ ਦੇਖਦੇ ਹੋਏ ਆਪਣੀ ਜੇਬ 'ਚ ਕੋਈ ਬਿੱਲ ਦੇ ਲੈਣਗੇ, ਆਪਣੀ ਜੇਬ 'ਚ ਪੈਟਰੋਲ ਲਾ ਲੈਣਗੇ? ਨਾ ਆਪਣੀਆਂ ਹਾਲਤ ਦਾ ਸਹੀ ਗੱਲ ਨੇ ਇਹ, ਠੀਕ ਹੈ ਅੱਛਾ ਤੇ ਤੁਹਾਡੇ ਅੰਨੇ ਨੂੰ ਸਾਰਾ ਨਜ਼ਰ ਆਉਣ ਇੰਡੀਆ ਲੋਕਾਂ ਨੂੰ? ਨਹੀਂ ਹੁਣ ਸਾਰ ਪੈਟਰੋਲ ਵਧ ਗਿਆ, ਤੁਸੀਂ ਲੋਡਰ ਚਲਾਉਂਦੇ ਹੋ, ਪੈਟਰੋਲ ਭਾਣ ਵਧ ਗਿਆ, ਹੁਣ ਵਿਹਲੇ ਬੈਠੇ ਆ ਸਵੇਰ ਦੇ। ਅੱਛਾ ਕੋਈ ਨਹੀਂ ਕਿਹੜਾ ਲਾਇਆ ਸਵੇਰ ਦਾ, ਲੱਗੇ ਨਾ ਲੱਗੇ ਘਰ ਖਰਚਾ ਤੇ ਚੱਲਣਾ ਹੀ ਨਾ, ਰੋਟੀ ਬੱਚਿਆਂ ਨੂੰ ਕਮਾਣੀ ਯਾਰ ਜਿੱਦੋਂ ਮਰਜ਼ੀ ਕਰੀਏ, ਆ ਵਿਹਲੇ ਬੈਠੇ ਸਵੇਰ ਦੇ, ਕਿਉਂਕਿ 300 ਨੂੰ ਹੋ ਗਿਆ ਨਾ ਪੈਟਰੋਲ ਹੁਣ। ਹਾਂਜੀ ਉਹ ਪੁਆਈ ਦਾ ਭਾਈ 300 ਨੂੰ ਭਾਵੇਂ 500 ਨੂੰ ਹੋਵੇ ਪਾਉਣਾ ਹੀ ਪੈਣਾ, ਬੱਚੇ ਰੋਟੀ ਹੀ ਕਮਾਉਣੀ। ਸਰਕਾਰ ਦਿੰਦਾ ਪੈਸੇ? ਹਾਂਜੀ ਫਿਰ ਇਹ ਥੋੜਾ ਬੋਲਾ 100 ਰੁਪਿਆ ਵਾਧਾ ਕਰਾਇਆ, ਬਸ ਇਦਾਂ ਹੀ ਨਿਜ਼ਾਮ ਚੱਲਿਆ। ਅੱਛਾ ਲੇਕਿਨ ਹੁਣ ਇਹ ਇਦਾਂ ਵਾ ਜਿੱਥੇ ਅੱਗੇ ਬਾਹਰ ਦਾ ਵੀ ਸਰ ਜਾਂਦਾ ਸੀ, ਰੋਟੀ ਪਾਣੀ ਦਾ ਵੀ ਸਰ ਜਾਂਦਾ ਸੀ, ਜਿਹੜਾ ਖਰਚੇ ਬਾਹਰ ਦੇ ਪੈਂਦੇ, ਇੱਕ ਵੀਡੀਓ ਦੇ ਬਿੱਲ ਹੁਣ ਜਦੋਂ ਆਉਂਦਾ ਕੋ ਔਖਾ ਹੋ ਜਾਂਦਾ ਕੰਮ, ਜਾਂ ਕੋਈ ਘਰ ਦਾ ਕੰਮ ਬਾਹਰ ਦਾ ਪੈ ਜਾਂਦਾ ਔਖਾ ਹੋ ਜਾਂਦਾ। ਅੱਛਾ ਕੋਈ ਆਪਣੇ ਪਿਆਰੇ ਵਜ਼ੀਰ ਆਜ਼ਮ ਦੇ ਇਤਿਹਾਸ ਕਰਨਾ ਚਾਹੋ ਤੁਸੀਂ? ਖਬਰ ਸੁਣੀ ਕਿ ਸਾਡਾ ਵਜ਼ੀਰ ਆਜ਼ਮ ਮੁਹਤਰਮ ਸ਼ਹਿਬਾਜ਼ ਸ਼ਰੀਫ ਸਾਹਿਬ ਕਹਿੰਦੇ ਕਿ ਜੀ ਮੈਂ ਸਾਰੇ ਵਜ਼ੀਰਾਂ ਨੂੰ ਕਹਿਤਾ ਕਿ ਤਨਖਾਹ ਕੋਈ ਨਹੀਂ, ਪੈਟਰੋਲ ਕੋਈ ਨਹੀਂ, ਤੁਸੀਂ ਆਪਣੀ ਜੇਬ 'ਚ ਖਰਚ ਕਰਨਾ, ਤੁਹਾਡਾ ਦਿਲ ਮੰਨਦਾ ਕਿ ਵਜ਼ੀਰ ਮਸ਼ੀਰਾਂ 'ਚ ਕਰ ਲੈਣੇ? ਸਾਨੂੰ ਤਾਂ 40 ਸਾਲਾਂ 'ਚ ਇਹੋ ਜਿਹਾ ਕੋਈ ਨਹੀਂ ਲੱਭਾ ਜੀ, ਕੋਈ ਨਹੀਂ ਜਿਹੜਾ ਆਪਣੀ ਜੇਬ ਦੇ ਵਿੱਚ ਖਰਚ ਕਰਕੇ ਕਵੇ ਕਿ ਲੋ ਜੀ ਠੀਕ ਆ ਜੀ। ਅੱਛਾ ਤੁਹਾਨੂੰ ਲੱਭਾ ਤਾਂ ਦੱਸੋ? ਨਹੀਂ ਸਾਨੂੰ ਵੀ ਨਹੀਂ ਲੱਭਾ ਤੇ ਤੁਹਾਨੂੰ ਵੀ ਨਹੀਂ ਲੱਭਣਾ, ਤੇ ਸਾਡੇ ਜ਼ਿਹਨ ਸੀ ਕਿ ਵੀ ਯਾਰ ਲੋਕਾਂ ਕੋਲ ਪੁੱਛ ਲਈ ਸ਼ਾਇਦ ਲੋਕਾਂ ਦਾ ਦਿਲ ਮੰਨਦਾ ਕਿ ਇੰਜ ਹੋ ਜਾਏ, ਇੱਥੇ ਅੱਜ ਤੱਕ ਨਾ ਕਦੀ ਹੋਇਆ ਤੇ ਨਾ ਕਦੀ ਬਹੁਤ ਹੋ ਸਕਦਾ, ਨਾ ਹੋ ਸਕਦਾ। ਅੱਛਾ ਕੋਈ ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆਪਣੇ ਅਲਫਾਜ਼ 'ਚ ਆਪਣੇ ਵਜ਼ੀਰ ਆਜ਼ਮ ਨੂੰ ਦਰਖਾਸਤ ਕਰੋ ਜਿਸ ਮੁਸੀਬਤ ਪਰੇਸ਼ਾਨੀ 'ਚੋਂ ਗੁਜ਼ਰ ਰਿਹਾ, ਅਲਫਾਜ਼ ਇਹੀ ਆ ਜੀ ਆਵਾਮ ਦੇ ਬਾਰੇ ਸੋਚਣਾ ਚਾਹੀਦਾ, ਆਵਾਮ ਨੂੰ ਤਾਂ ਮੇਰਾ 65-70 ਸਾਲ ਹੋ ਗਏ ਪਿਛਲੇ ਆ, ਆਵਾਮ ਨੂੰ ਇਹਨਾਂ ਨੂੰ ਚਾਹੀਦਾ ਹੁਣ ਆਵਾਮ ਦੇ ਬਾਰੇ ਸੋਚਣਾ, ਆਪਣਾ ਆਪਣਾ ਸੋਚ ਲਿਆ ਹੋਇਆ ਚਾਹੀਦਾ ਹੁਣ ਆਵਾਮ ਦੇ ਬਾਰੇ ਵੀ ਸੋਚਣਾ ਬਸ। ਅੱਛਾ ਯਾਨੀ ਕਿ ਤੁਸੀਂ ਇਹੀ ਆਵਾਮ ਦੇ ਬਾਰੇ ਸੋਚਣਾ, ਆਵਾਮ ਦੇ ਬਾਰੇ ਸੋਚਣਾ? ਅੱਛਾ ਇਹ ਵੀ ਆਵਾਮ ਦੇ ਨਾਲ ਚੱਲੇ, ਯਾਨੀ ਕਿ ਤੁਹਾਨੂੰ ਲੱਗਦਾ ਨਹੀਂ ਕਿ ਸੋਚ ਰਹੇ ਆਵਾਮ ਦੇ? ਮੈਨੂੰ ਵੀ ਲੱਗਦਾ ਸਾਰੀ ਆਵਾਮ ਨੂੰ ਪਤਾ ਜੋ ਹਾਲਾਤ ਜੋ ਹਾਲਾਤ। ਅਸੀਂ ਟੀਵੀ ਤੇ ਅਸੀਂ ਖਬਰ ਸੁਣੀ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਫਰਮਾਇਆ ਕਿ ਮੈਂ ਵਜ਼ੀਰਾਂ ਨੂੰ ਮਸ਼ੀਰਾਂ ਨੂੰ ਕਹਿ ਦਿੱਤਾ ਕਿ ਤਨਖਾਹ ਕੋਈ ਨਹੀਂ, ਬਗੈਰ ਤਨਖਾਹ ਤੋਂ ਕੰਮ ਕਰਨਾ, ਪੈਟਰੋਲ ਵੀ ਪੱਲੇ ਲਾਉਣਾ, ਬਿੱਲ ਵੀ ਪੱਲੇ ਲੈਣਾ, ਤੁਹਾਡਾ ਦਿਲ ਮੰਨਦਾ ਕਿ ਵਜ਼ੀਰ ਮਸ਼ੀਰ ਐ ਕਰਨਗੇ? ਨਹੀਂ। ਕੀ ਵਜ੍ਹਾ ਤੁਹਾਨੂੰ ਕੀ ਕਿੱਦਾਂ ਲੱਗਦਾ? ਸਰਕਾਰ ਚਾਹੇ ਇਮਰਾਨ ਖਾਨ ਵਾ ਚਾਹੇ ਸ਼ਹਿਬਾਜ਼ ਸ਼ਰੀਫ ਨਵਾਜ਼ ਸ਼ਰੀਫ ਹੋਣੀ ਨੇ, ਅਸੀਂ ਤਾਂ ਮਜ਼ਦੂਰੀ ਕਰਦੇ ਹਾਂ, ਰੇੜੀ ਖਲੋਤੀ, ਦੋ ਤਿੰਨਾਂ ਸਾਲਾਂ 'ਚ ਬਹੁਤ ਹਾਲਾਤ ਉੱਦਾਂ ਦੇ ਹੋ ਗਏ, ਬੱਚਿਆਂ ਦੀ ਫੀਸ ਦੇਣੀ ਔਖੀ ਹੋ ਗਈ। ਅੱਛਾ ਮਕਸਦ ਕੀ? ਸੁਬਾਹ ਦਾ ਮੈਂ 10 ਵਜੇ ਦਾ ਆਇਆ, ਆਈਏ ਮੈਂ ਬਿਸਮਿਲਾ ਨਹੀਂ ਕੀਤੀ।
ਜਾਂਦੇ ਫਿਰਨੇ ਆ। ਅੱਛਾ ਦੋਸਤੋ, ਇੱਕ ਮਜ਼ਦੂਰ ਨੇ ਔਰ ਇਹਨਾਂ ਦਾ ਨਾ ਤੁਹਾਨੂੰ ਅਸਲ ਦਿਖਾ ਰਹੇ ਕਿ ਪਾਕਿਸਤਾਨ ਦੇ ਵਿੱਚ ਆਵਾਮ ਜਿਹੜੀ ਨਾ ਹੁਣ ਕਿਸ ਲੈਵਲ ਤੇ ਪਿਸ ਰਹੀ ਹੈ। ਹੁਣ ਤੁਸੀਂ ਸਵੇਰ ਕਿੰਨੇ ਵਜੇ ਆਏ ਸੀ ਤੇ ਔਰ ਇਸ ਵੇਲੇ ਤੱਕ ਤੁਸੀਂ ਬਿਸਮਿਲਲਾ ਨਹੀਂ ਕੀਤੀ, ਜ਼ਰਾ ਦੱਸੋ ਨਾ। 10 ਵਜੇ ਆਇਆ ਸਾਂ, ਤਕਰੀਬਨ 4 ਵਜ ਗਏ। ਅੱਛਾ, ਆ ਹੁਣ ਵਾਈ ਪਈ ਹੈ, ਕੋਈ ਮਾਲ ਨਿਕਲਿਆ ਮੈਂ ਚੱਲਾਂ ਉਹਦੇ ਤੇ ਘਰ 'ਚ ਖਰਚੇ ਵੀ ਨੇ ਸਾਰੇ ਮਾਮਲਾ ਤੇ ਕੀ ਬਣੇਗਾ ਫਿਰ? ਮਕਾਨ ਵੀ ਰੈਂਟ ਦੇ ਆ। ਅੱਲਾ ਦਾ ਸ਼ੁਕਰ ਹੈ, ਪਹਿਲੋਂ ਠੀਕ ਸੀ, ਆ ਹੁਣ ਸਾਲ 6 ਮਹੀਨਿਆਂ ਦੇ ਵਿੱਚ ਵਿੱਚ ਪਰੇਸ਼ਾਨੀ ਤੇਜ਼ ਹੋ ਗਈ। ਅੱਛਾ, ਫਿਰ ਅਗਰ ਤੁਹਾਨੂੰ ਅਸੀਂ ਕਹੀਏ ਕਿ ਆਪਣੀ ਮੁਸ਼ਕਲ ਨੂੰ ਸਾਹਮਣੇ ਰੱਖ ਰਿਹਾ ਹਾਂ, ਹਾਂਜੀ, ਤੇ ਤੁਸੀਂ ਇੱਕ ਦਰਖਾਸਤ ਕਰੋ ਆਪਣੇ ਵਜ਼ੀਰ ਆਜ਼ਮ ਨੂੰ ਜਾਂ ਆਪਣੇ ਸਿਆਸਤਦਾਨਾਂ ਨੂੰ, ਲੀਡਰਾਂ ਨੂੰ, ਹਾਂਜੀ, ਤੇ ਅਸੀਂ ਬੇਸਿਕਲੀ ਤੁਹਾਡੀ ਆਵਾਜ਼ ਪਹੁੰਚਾਉਣੀ ਹੈ, ਤੇ ਕਿਸ ਤਰ੍ਹਾਂ ਤੁਸੀਂ ਕਿਹੜੇ ਅਲਫਾਜ਼ ਉਹਨਾਂ ਨੂੰ ਦਰਖਾਸਤ ਕਰਨਾ? ਦੱਸ, ਤੁਸੀਂ ਕਹਿੰਦੇ ਹੋ ਨਾ ਦਰਖਾਸਤ ਦਿਓ, ਦਰਖਾਸਤ ਕਿਹਨੂੰ ਦੇਣੀ ਹੈ ਦੱਸੋ? ਅੱਗੋਂ ਸੁਣਾਈ ਹੋਵੇ ਤੇ ਦਰਖਾਸਤ ਦਈਏ ਨਾ, ਤੇ ਕਿਹੜੀ ਸ਼ਾਇਦ ਕਿਹੜੇ ਮਹਿਕਮੇ ਕੋਲ ਜਾਈਏ? ਸ਼ਨਾਖਤੀ ਕਾਰਡ ਬਣਾਉਣਾ, ਜੁੱਤੀ ਟੁੱਟ ਗਈ, ਸ਼ਨਾਖਤੀ ਬਣਾਉਣ ਕਾਰਡ ਬਣਾਉਣ ਵਾਸਤੇ ਲੈਣਾ ਚਾਹੋ ਜੀ, 100 ਵਾਰ ਮੰਗੋ ਤੇ ਮੇਰਾ ਮੰਗੋ, ਗਾਣੇ ਨੂੰ ਨਹੀਂ ਕੁਛ ਹੁੰਦਾ। ਮੈਂ ਜੀ ਜੰਪਲ ਗੁਜਰਾਂ ਵਾਲੇ ਜੀ, ਮੈਂ ਇੱਥੇ ਦਾ ਐਡਰੈਸ ਲਿਖਾਇਆ ਤੇ ਮੇਰਾ ਤਕਰੀਬਨ 1.5 ਮਹੀਨਾ ਲੱਗ ਗਿਆ, ਹੁਣ ਮੈਨੂੰ ਸ਼ਨਾਖਤੀ ਕਾਰਡ ਮਿਲਿਆ। ਤੇ ਹਾਲਾਤ ਵੀ ਤੁਸੀਂ ਦੱਸ ਰਹੇ ਹੋ, ਹਾਂਜੀ, ਪੰਚਾ ਵੀ ਕੋਈ ਨਹੀਂ, ਤੇ ਕੀ ਕਹੋਗੇ ਕਿ ਕਿਹਨੂੰ ਕਹੀਏ ਭਾਈ ਨਾ? ਦੁਕਾਨ ਵਾਲੇ ਆਉਣ, ਇਹਨਾਂ ਕੋਲ ਸਾਨੂੰ 12-12 13-13 ਸਾਲ ਹੋ ਗਏ ਮੁਲਾਜ਼ਮਤ ਕਰਦੇ, ਆ ਚਾਰੇ ਦੁਕਾਨਾਂ ਵਾ ਵੀ ਆ ਸਾਹਮਣੇ ਵੀ ਆ, ਤੇ ਹੁਣ ਯਕੀਨ ਕਰੋ ਚਾਹੁੰਦਾ ਮੈਂ ਤੁਹਾਨੂੰ ਪਰਚੀ ਵਾਵਾ, 3-3, 4-4 ਹਜ਼ਾਰ ਮੈਂ ਦੇਣਾ ਐਡਵਾਂਸ ਆ। ਹਾਂਜੀ, ਨਹੀਂ ਦਿਹਾੜੀ ਲੱਗਣੀ ਤੇ ਕਹਿਣਾ ਭਾਈ ਨਾ ਦਿਓ ਖਰਚਾ, ਉਹਨੇ ਦੇਣਾ ਹੱਲ, ਕਿ ਪਤਾ 10-15 ਸਾਲ ਤੋਂ ਪੁਰਾਣਾ ਵਾ, ਕੋਈ ਗੱਲ ਨਹੀਂ, ਜੇ ਬਰਾਦਰੀ ਆਪਣੀ ਅੱਲਾ ਦਾ ਸ਼ੁਕਰ ਹੈ ਮਿਹਨਤ ਕਰਕੇ ਖਾਣ ਵਾਲੇ। ਹਾਲਾਤ ਹੁਣ ਤੁਸੀਂ ਮੇਰੇ ਤੋਂ ਮੁਸਤਕਬਲ ਕੀ ਦੇਖਦੇ ਤੁਸੀਂ, ਕੀ ਬਣੇਗਾ ਫਿਰ? ਕੁਛ ਵੀ ਨਹੀਂ ਸਮਝ ਨਹੀਂ ਆ ਰਹੀ। ਅੱਜ 400 ਰੁਪਏ ਕਿਲੋ ਘਿਓ ਲਿਆਈਦਾ, ਅਗਲੇ ਦਿਨ 450 ਹੋ ਜਾਂਦਾ, ਇਹ ਸਭ ਤੋਂ ਜ਼ਿਆਦਾ ਤਕਲੀਫ ਦੀ ਗੱਲ ਹੈ। ਮੋਟਰਸਾਈਕਲ ਛੱਡ ਦਿੱਤੀ ਭਾਜੀ, ਕੀ ਕਰੇ ਬੰਦਾ, 280 ਦਾ ਲੀਟਰ ਤੇਲ ਆ ਘਰ, ਦੁੱਧ ਖੜੀਏ ਕਿ ਤੇਲ ਲਿਆਈਏ, ਕੀ ਕਰੀਏ? ਬਿਲਕੁਲ ਸਹੀ, ਨਾ ਨਵਾਜ਼ ਸ਼ਰੀਫ ਸੁਣਦਾ, ਨਾ ਇਮਰਾਨ ਖਾਨ ਸੁਣਦਾ, ਬਸ ਇਹੀ ਕਹਿੰਦੇ ਘਬਰਾਉਣਾ ਨਹੀਂ, ਘਬਰਾਉਣਾ ਨਹੀਂ, ਅਸੀਂ ਜਾਣ ਵਾਲੇ ਹੋ ਗਏ, ਅੱਜ ਸਵੇਰੇ ਐਲਾਨ ਹੋਣ ਵਾਲਾ ਹੀ ਹੈ, ਹੋਰ ਭਾਈ ਕੋਈ ਮਸਲਾ ਨਹੀਂ। ਮੇਰੇ ਤੋਂ ਇਲਾਵਾ ਤੁਸੀਂ ਆ ਫੈਕਟਰੀ ਵਾਲ ਜਲ ਜੋ ਮਜ਼ਦੂਰ ਆ, ਘੰਟਾ ਘਰ ਬਾਹਰ ਬੈਠੇ ਆ, ਸ਼ਾਮ ਨੂੰ ਗੱਡੀਆਂ ਰੋਟੀਆਂ ਦੇ ਕੇ ਜਾਂਦੀਆਂ, ਚਲੋ ਭਾਈ ਤੁਸੀਂ ਖਾ ਲਓ ਨਾਲੇ ਬੱਚਿਆਂ ਵਾਸਤੇ ਲਾਈਓ, ਉਹਦਾ ਕੀ ਫਾਇਦਾ? ਜਿਸ ਬੰਦੇ ਨੇ ਜੋ ਸਾਰੀ ਉਮਰ ਇੰਜ ਕੀਤਾ ਉਹ ਇੰਜ ਕਿਵੇਂ ਕਰੇ? ਮੰਗਣ ਵਾਲਾ ਮੰਗ ਕੇ ਖਾ ਲੈਂਦਾ ਵਾ, ਤਗੜਾ ਬੰਦਾ ਖੋ ਕੇ ਖਾ ਲੈਂਦਾ ਵਾ, ਅਸੀਂ ਆ ਸਫੇਦ ਬੋਝ, ਸਾਡੇ ਕੋਲ ਇੰਜ ਨਹੀਂ ਹੁੰਦਾ, ਦੱਸੋ ਕੀ ਕਰੀਏ? ਮੰਗਣ ਵਾਲਾ ਮੰਗ ਕੇ ਖਾ ਲੈਂਦਾ, ਤਗੜਾ ਖੋ ਕੇ ਖਾ ਲੈਂਦਾ, ਤੇ ਜਿਹੜਾ ਸਫੇਦ ਬੋਝ ਹੈ ਨਾ ਉਹ ਇੰਜ ਕਰੇ, ਕੀ ਕਰੇ ਦੱਸੋ, ਕਿਸ ਤਰ੍ਹਾਂ ਕਰੇ ਉਹ? ਕਿਉਂਕਿ ਉਹਨੇ ਸਾਰੀ ਜ਼ਿੰਦਗੀ ਇੰਜ ਕੀਤਾ ਨੇ। ਆ ਹੁਣ ਸਾਹਮਣੇ ਆ ਮੇਰਾ ਬੇਟਾ ਵਾ, ਆ ਸਾਡੇ ਭਤੀਜੇ ਆ, ਇਹ ਸਾਰੇ ਮੁਲਾਜ਼ਮਤ ਤੇ ਆ, ਤੇ ਪੁੱਛ ਕੇ ਵੇਖ ਲਓ, ਮੇਰੇ ਤੋਂ ਬਹੁਤੇ ਦੁਖੀ ਨੇ, ਉਹ ਕਹਿੰਦੇ ਚਾਚੂ ਯਾਰ ਕੀ ਕਰੀਏ, ਦੂਰ ਕੀ ਜਾਣਾ, ਪਿਛਲੇ ਹਫਤੇ ਗੱਬੀ 130 ਦੀ ਸੀ, ਹੁਣ 230 ਦੀ ਆ, ਦੱਸ ਕਿਹਨੂੰ ਕਹੀਏ ਜਾ ਕੇ? ਖਾਲੀ ਇੱਕ ਸਿਗਰਟ, ਹੁਣ ਕੋਈ ਇੱਕ ਦੂਜੇ ਨੂੰ ਸਿਗਰਟ ਨਹੀਂ ਦਿੰਦਾ, ਤੇ ਭਾਵੇਂ 250 ਦੀ ਡੱਬੀ ਆ, ਦੱਸੋ ਕੀ ਕਰੀਏ? ਇੰਨੀ ਮਹਿੰਗਾਈ, ਰੁਪਈਆ ਵੱਧ ਗਿਆ, 2 ਰੁਪਏ ਵੱਧ ਗਏ, ਇਕੱਠੇ ਹੀ 130 ਰੁਪਈਏ, ਤੂੰ ਕਿਹਨੂੰ ਪੁੱਛੀਏ, ਕਿਹੜੀ ਮਾਂ ਨੂੰ ਮਾਸੀ ਗਈ ਹੈ ਦੱਸੋ? ਬਿਲਕੁਲ, ਸਾਡਾ ਪਿਓ ਕਹਿੰਦਾ ਹੁੰਦਾ ਸੀ ਪੁੱਤਰ ਉਹ ਦੌਰ ਹੋਣਾ, ਅੰਨੀ ਕਮਾਉਣ ਵਾਲੀ ਕੁੱਤੇ ਚੱਕਣ ਵਾਲੇ, ਅੱਜ ਅਸੀਂ ਉਹ ਦੌਰ ਵੇਖਣੇ ਆ। ਤੁਸੀਂ ਵੀ ਮਾਸ਼ਾਅੱਲਾ ਪੜ੍ਹੇ ਜੇ, ਕੋਈ ਨਾ ਕੋਈ ਕਿਤੇ ਨਾ ਕਿਤੇ ਤਾਂ ਕੋਈ ਗੱਲਬਾਤ ਹੋਵੇ, ਤਨਖਾਹ ਵਧੀ ਨਹੀਂ, ਜਿਹੜੇ ਕੋਈ ਮੁਤਾਲਬਾ ਕਰੋ ਕਹਿੰਦਾ ਭਾਜੀ ਘਰ ਚੱਲ ਜਾਓ, ਜੇ ਤੂੰ 10,000 ਲੈਣਾ 8,000 ਵਾਲਾ ਖਲੋਤਾ, ਦੱਸੋ ਕਿਹਨੂੰ ਕਹੀਏ? ਦੋਸਤੋ, ਇਹ ਮੁਆਸ਼ਰੇ ਦੀ ਉਹ ਸ਼ਕਲ ਹੈ ਕਿ ਜਿਹੜੀ ਇਸ ਵੇਲੇ ਰੁਲ ਗਈ ਹੈ, ਹਾਂਜੀ, ਉਹ ਤਬਕਾ ਜਿਹੜਾ ਇਸ ਵੇਲੇ ਪਿਸ ਗਿਆ, ਯਾਨੀ ਕਿ ਜਿਨ੍ਹਾਂ ਨੂੰ ਨਾ ਉਤਲੇ ਸੁਣ ਰਹੇ ਨਾ ਥੱਲੇ ਦੇਖ ਰਹੇ ਨੇ, ਹੁਣ ਅਸੀਂ ਇਹਨਾਂ ਦੀ ਗਾਣੀ ਇਹਨਾਂ ਦੀ ਜ਼ੁਬਾਨੀ ਸੁਣ ਰਹੇ ਹਾਂ। ਜੀ ਜੀ, ਹੁਣ ਇਹ ਦੇਖੋ, ਸਾਹਮਣੇ ਭਾਈ ਨੇ ਆਪਣੇ 8-8, 10-10 ਸਾਲ ਹੋ ਗਏ ਇੱਥੇ, 25-20 ਰੁਪਏ ਦੀ ਰੋਟੀ ਕਰਤੀ, ਦੱਸੋ ਇਹ ਕੀ ਕਰਨ? ਇੱਕ ਬੰਦੇ ਨੂੰ 100 ਰੁਪਇਆ ਮਾਲਕ ਦੇ ਰਿਹਾ, ਲੋ ਜੀ ਰੋਟੀ ਖਾਓ, ਉਹ 2 ਰੋਟੀਆਂ ਲੈ ਲਵੇ, ਸਾਲਨ ਕਿੱਥੋਂ ਲਵੇ? ਉਹਨੇ ਤਾਂ ਸਾਨੀ ਵਾਲੇ ਕੋਈ ਜਾਣਾ।